ਸਤਿ ਸ਼੍ਰੀ ਅਕਾਲ ਦੋਸਤੋ, ਆਹ ਵੀਡੀਓ ਪਟਿਆਲਾ ਦੇ ਕਾਲੀ ਮਾਤਾ ਦੇ ਮੰਦਰ ਦੀ ਹੈ, ਜਿੱਥੇ ਸ਼ਰਧਾਲੂਆਂ ਨਾਲ ਇੱਦਾਂ ਦੀ ਬਦਸਲੂਕੀ ਕੀਤੀ ਜਾਂਦੀ ਹੈ। ਜੋ ਇਨਸਾਨ ਮੱਥਾ ਟੇਕਣ ਆਉਂਦਾ, ਉਹਦੇ ਨਾਲ ਤੁਸੀਂ ਦੇਖ ਲਓ ਕਿੱਦਾਂ ਉਹਨੂੰ ਧੱਕੇ ਮਾਰ ਮਾਰ ਕੇ ਮੰਦਰ 'ਚੋਂ ਬਾਹਰ ਕੱਢਿਆ ਜਾਂਦਾ। ਇੱਕ ਗੱਲ ਤੁਸੀਂ ਵੀਡੀਓ ਵਿੱਚ ਹੋਰ ਨੋਟ ਕਰੋ, ਉਦੋਂ ਪ੍ਰਸ਼ਾਦ ਜੋ ਵੀ ਉਹ ਚੜ੍ਹਾਉਣ ਆਉਂਦਾ, ਪ੍ਰਸ਼ਾਦ ਪੈਸਾ ਉਹ ਫੜ ਲੈਂਦੇ ਆ, ਉਸ ਤੋਂ ਬਾਅਦ ਉਹਨੂੰ ਧੱਕੇ ਮਾਰ ਕੇ ਬਾਹਰ। ਕੋਈ ਬੰਦਾ ਇੰਨੀ ਦੂਰੋਂ ਆਉਂਦਾ ਆਪਦੀ ਸ਼ਰਧਾ ਭਾਵਨਾ ਲੈ ਕੇ, ਉਸ ਇਹਨਾਂ ਲੋਕਾਂ ਨੂੰ ਉਸ ਚੀਜ਼ ਤੱਕ ਕੋਈ ਮਤਲਬ ਨਹੀਂ, ਸਿਰਫ ਇੱਕ ਚੜ੍ਹਾਵੇ ਤੱਕ ਮਤਲਬ ਹੈ ਕਿ ਜੋ ਚੜ੍ਹਾਵਾ ਦਿੰਦਾ ਉਹਦਾ ਚੜ੍ਹਾਵਾ ਫੜੋ ਅਤੇ ਬਾਅਦ ਉਹਨੂੰ ਧੱਕੇ ਮਾਰ ਕੇ ਬਾਹਰ ਕੱਢੋ। ਸੋ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਬੰਦਿਆਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਜੋ ਇੱਦਾਂ ਦੇ ਮੰਦਰਾਂ ਦੇ ਵਿੱਚ ਚਮਚੇ ਬਣੇ ਬੈਠੇ ਆ, ਜਿਨ੍ਹਾਂ ਨੂੰ ਲੋਕਾਂ ਜੋ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਆ ਉੱਥੇ ਬੈਠ ਕੇ। ਦੂਸਰੀ ਗੱਲ, ਜਿਵੇਂ ਤੁਸੀਂ ਹਰਿਮੰਦਰ ਸਾਹਿਬ ਦੇ ਵਿੱਚ ਦੇਖਦੇ ਹੋ ਕਿ ਰੂਲ ਆ, ਉੱਥੇ ਪਹਿਲਾਂ ਥੋੜ੍ਹੀ ਜਿਹੀ ਸੰਗਤ ਨੂੰ ਗਾਂਹ ਭੇਜਿਆ ਜਾਂਦਾ, ਉਹ ਬੜੇ ਆਰਾਮ ਅਤੇ ਪ੍ਰੇਮ ਪਿਆਰ ਨਾਲ ਮੱਥਾ ਟੇਕਦੇ, ਉਸ ਤੋਂ ਬਾਅਦ ਅੱਗੇ ਦੂਸਰੀ ਸੰਗਤ ਨੂੰ ਅੱਗੇ ਭੇਜਿਆ ਜਾਂਦਾ। ਅਗਰ ਇੱਥੇ ਵੀ ਇੰਨੀ ਸੰਗਤ ਆਉਂਦੀ ਹੈ ਤਾਂ ਇੱਥੇ ਵੀ ਇੱਦਾਂ ਦਾ ਰੂਲ ਬਣਾਇਆ ਜਾਵੇ, ਪਹਿਲਾਂ ਥੋੜ੍ਹੀ ਜਿਹੀ ਸੰਗਤ ਨੂੰ ਮੱਥਾ ਟੇਕਣ ਦਿੱਤਾ ਜਾਵੇ, ਜੋ ਬੜੇ ਪ੍ਰੇਮ ਪਿਆਰ ਨਾਲ ਆਪਣੀ ਗੱਲ ਰੱਖ ਸਕਣ, ਸ਼ਰਧਾ ਭਾਵਨਾ ਲੈ ਕੇ ਆਉਂਦੇ ਆ ਲੋਕ। ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜੋ ਇਹ ਲੋਕ ਇੱਦਾਂ ਕਰ ਰਹੇ ਨੇ ਸਖਤ ਸਖਤ ਕਾਰਵਾਈ ਹੋ ਸਕੇ ਅਤੇ ਪ੍ਰਸ਼ਾਸਨ ਦੀਆਂ ਵੀ ਅੱਖਾਂ ਖੁੱਲ੍ਹਣ।